ਪਹਿਲਾਂ ਤਾਂ ਮੈਂ ਵਧਾਈ ਦਿੰਦਾ ਆਪਣਾ ਪ੍ਰਿੰਸ ਜੀ ਨੂੰ ਅਤੇ ਹਰਦੀਪ ਨਰਵਾਲਾ ਜੀ ਜਿਨ੍ਹਾਂ ਨੇ ਪਹਿਲੀ ਫਿਲਮ ਕੀ ਪਿਆਰ ਗਰੀਬਣੀ ਦਾ ਨੂੰ ਆਪਣੇ ਕੈਮਰੇ ਦੀ ਅੱਖ ਉਤਪਾਦ ਕੀਤਾ। ਸਮੁੱਚੀ ਮੇਰੀ ਸਾਡੀ ਟੀਮ ਹੈ ਜਿਹੜੀ ਇਹ ਸ਼ੁਭ ਕਾਮਨਾਵਾਂ ਕਰਦੀ ਹੈ ਅਤੇ ਸਾਡੀ ਦੁਆ ਹੈ ਵੀ ਇਹ ਕੈਸਟ ਸਾਡੀ ਜਿਹੜੀ ਅਸੀਂ ਰਿਲੀਜ਼ ਕਰਾਂਗੇ ਛੇਤੀ, ਵੀ ਇਹ ਲੋਕਾਂ ਦੇ ਮਨਾਂ 'ਚ ਇੱਕ ਛਾਪ ਛੱਡੇ ਅਤੇ ਲੋਕਾਂ ਨੂੰ ਕੁਛ ਸਿੱਖਿਆ ਲੈ ਕੇ ਜਾਵੇ, ਕਿਉਂਕਿ ਇਹਦੇ ਵਿੱਚ ਅਸੀਂ ਕੁੜੀਆਂ ਦੇ ਹੋ ਰਹੇ ਸ਼ੋਸ਼ਣ ਬਾਰੇ, ਨਸ਼ਿਆਂ ਬਾਰੇ ਅਤੇ ਹੋਰ ਭਰੂਣ ਹੱਤਿਆ ਦੀ ਗੱਲ ਕੀਤੀ। ਰਹੀ ਗੱਲ ਪੰਜਾਬ ਦੀ, ਪੰਜ ਆਬ ਸਾਡੇ ਪੰਜ ਆਬ ਨੂੰ ਪੰਜਾਂ ਆਬਾਂ ਦੀ ਧਰਤੀ, ਪੰਜਾਂ ਦਰਿਆਵਾਂ ਦੀ ਧਰਤੀ ਹੈ ਜਿੱਥੇ ਛੇਵਾਂ ਦਰਿਆ ਨਸ਼ਿਆਂ ਦਾ ਬੜਾ ਤਸ਼ੱਦਤ ਅਤੇ ਬੜੀ ਆਰਾਮ ਨਾਲ ਬਹਿ ਰਿਹਾ ਹੈ, ਪਰ ਸਾਡੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਇਹਨੂੰ ਕਾਬੂ ਪਾਉਣ ਦੇ ਵਿੱਚ ਕੋਈ ਯੋਗਦਾਨ ਨਹੀਂ ਪਾਇਆ। ਅਸੀਂ ਚਾਹੁੰਦੇ ਹਾਂ ਵੀ ਜੇ ਇਹੋ ਜਿਹੀਆਂ ਟੈਲੀ ਫਿਲਮਾਂ, ਛੋਟੀਆਂ ਫਿਲਮਾਂ, ਛੋਟੇ ਬਜਟ ਵਾਲੀਆਂ ਬਣਨ, ਲੋਕ ਸਾਥ ਦੇਣ, ਤਾਂ ਅਸੀਂ ਲੋਕਾਂ ਨੂੰ ਆਪਣੇ ਅਧਿਨ ਪੂਰੀ ਬਾਹਰ ਆ ਕੇ ਜਾਗਰੂਕ ਕਰ ਸਕਦੇ ਹਾਂ। ਅਤੇ ਮੇਰਾ ਇੱਕ ਸੁਨੇਹਾ ਸਾਡਾ ਸਮੁੱਚੀ ਟੀਮ ਦਾ ਵੀ ਮੇਰੇ ਵੀਰ ਨੌਜਵਾਨ ਭੈਣਾਂ ਅਤੇ ਵੀਰ ਨਸ਼ਿਆਂ ਤੋਂ ਪਾਸੇ ਰਹੋ, ਜੇ ਤੁਸੀਂ ਨਸ਼ੇ ਕਰਦੇ ਰਹੇ ਹੋ ਸਕਦਾ ਅਸੀਂ ਆਪਣੀ ਹੋਂਦ ਹੀ ਗਵਾ ਲਈਏ, ਹੋਂਦ ਹੀ ਗਵਾ। ਮੈਨੂੰ ਫੂਕ ਦੇ ਕੇ ਫੂਕ ਦੇ ਕੇ ਹਾਂ।